ਲੱਗੇ ਦਿੱਲੀ ਤੋਂ। ਜਾਂਚ ਏਜੰਸੀ ਹੈ ਈਡੀ, ਤੇ ਈਡੀ ਦਾ ਪਤਾ ਸਭ ਨੂੰ ਹੀ ਅੱਜ ਕੱਲ ਕਿਉਂਕਿ ਸਰਗਰਮੀਆਂ ਈਡੀ ਦੀਆਂ ਬਹੁਤ ਹੈ, ਜ਼ਿਆਦਾ ਪਤਾ ਕੈਪਟਨ ਅਮਰਿੰਦਰ ਸਿੰਘ ਨੂੰ ਹੈ ਜਿਹਦਾ ਸਾਰਾ ਡੱਬਰੀ ਈਡੀ ਕਰਕੇ ਭਾਜਪਾ 'ਚ ਚਲਾ ਗਿਆ। ਈਡੀ ਨੇ ਅੱਜ ਇੱਕ ਬਹੁਤ ਵੱਡੀ ਗੱਲ ਕਹੀ ਹੈ ਤੇ ਉਸ ਗੱਲ ਨੇ ਤਰਥੱਲੀ ਠਾ ਦਿੱਤੀ ਹੈ ਸਿਆਸੀ ਗਲਿਆਰਿਆਂ ਦੇ ਵਿੱਚ। ਕਹਿੰਦੇ ਕਿ ਸ਼ਰਾਬ ਘੁਟਾਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੈ। ਬਿਲਕੁਲ ਪ੍ਰਵੀਨ ਜੀ, ਇਹ ਇੱਕ ਵੱਡੀ ਖਬਰ ਹੈ ਜੀ, ਭਾਰਤ ਦੇ ਰਾਜਨੀਤਿਕ ਗਲਿਆਰਿਆਂ ਦੇ ਲਈ ਇੱਕ ਵੱਡੀ ਧਮਾਕੇਦਾਰ ਖਬਰ ਹੈ ਕਿ ਹਾਂ ਜੀ, ਐਕਸਾਈਜ਼ ਪਾਲਿਸੀ ਦੇ ਵਿੱਚ ਘੁਟਾਲੇ ਨੂੰ ਲੈ ਕੇ, ਦਿੱਲੀ ਦੇ ਸ਼ਰਾਬ ਘੁਟਾਲੇ ਨੂੰ ਲੈ ਕੇ ਹੁਣ ਉੱਥੋਂ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਮ ਵੀ ਈਡੀ ਨੇ ਚਾਰਜਸ਼ੀਟ 'ਚ ਦਾਖਲ ਕਰਕੇ ਜਮ੍ਹਾਂ ਕਰਾ ਦਿੱਤਾ ਜੀ। ਇਸ ਤੋਂ ਪਹਿਲਾਂ ਮਤਲਬ ਕਿ ਉੱਥੇ ਵਿਜੇ ਨਾਇਰ ਦਾ ਨਾਮ ਵੱਡਾ ਬੋਲਿਆ ਇਸ ਮਾਮਲੇ ਦੇ ਵਿੱਚ, ਇੱਥੋਂ ਤੱਕ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਨਾਮ ਬੜੇ ਦੇਰ ਤੋਂ ਚਰਚਾ ਦੇ ਵਿੱਚ ਇਸ ਮਾਮਲੇ 'ਚ ਹੈਗਾ। ਸੋ ਉਹ ਸਾਰਾ ਮਾਮਲਾ, ਇਹ ਵੱਡਾ ਸ਼ਰਾਬ ਦੇ ਠੇਕੇਦਾਰਾਂ ਨੂੰ ਖੁੱਲੀ ਲੁੱਟ ਦੇਣ ਦੇ ਲਈ, ਖੁੱਲੀ ਛੂਟ ਦੇਣ ਦੇ ਲਈ, ਉਸ ਹਵਾਲੇ ਨਾਲ ਦਿੱਲੀ ਦੀ ਐਕਸਾਈਜ਼ ਪਾਲਿਸੀ ਦੁਨੀਆ ਭਰ ਦੇ ਵਿੱਚ ਚਰਚਾ 'ਚ ਆ ਗਈ ਸੀ। ਖਾਸ ਕਰ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਦੇ ਨਿਸ਼ਾਨੇ ਤੇ ਖੂਬ ਆ ਗਈ ਸੀ ਕਿ ਬਾਈ ਆਹ ਕਿਹੜਾ ਫਾਰਮੂਲਾ ਜੀ ਜੀ ਜੀ। ਸੋ ਉਸ ਫਾਰਮੂਲੇ ਨੂੰ ਆਧਾਰ ਬਣਾ ਕੇ ਈਡੀ ਨੂੰ ਮੌਕਾ ਮਿਲਿਆ, ਤੇ ਈਡੀ ਪਹਿਲਾਂ ਵੀ ਇਸ ਮਾਮਲਿਆਂ ਲਈ ਜਾਂ ਕੇਂਦਰੀ ਏਜੰਸੀਆਂ ਪਹਿਲਾਂ ਵੀ ਇਸ ਮਾਮਲੇ ਲਈ ਜਾਣੀ ਜਾਂਦੀ ਹੈ ਕਿ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈ ਉੱਥੇ ਸਾਰਾ ਕੁਛ ਉਹਨਾਂ ਨੂੰ ਲੱਗਦਾ ਗਲਤ ਹੋ ਰਿਹਾ ਤੇ ਨੱਪ ਲਓ, ਤੇ ਇੱਥੇ ਜ਼ਿਆਦਾ ਜੇ ਮਾੜਾ ਮੋਟਾ ਗਲਤ ਹੋ ਰਿਹਾ ਫਿਰ ਤੁਹਾਨੂੰ ਨੱਪਣ ਦਾ ਹੋਰ ਆਸਾਨ ਮੌਕਾ ਮਿਲਦਾ। ਸੋ ਹੁਣ ਇੱਥੇ ਦੀ ਐਕਸਾਈਜ਼ ਪਾਲਿਸੀ ਜਦੋਂ ਵਿਵਾਦਾਂ 'ਚ ਆਉਂਦੀ ਹੈ ਤਦ ਈਡੀ ਨੂੰ ਹੱਥ ਪਾਉਣ ਦਾ ਖੁੱਲ੍ਹ ਕੇ ਮੌਕਾ ਮਿਲਦਾ, ਤੇ ਇਸ ਖੁੱਲ੍ਹ ਕੇ ਹੱਥ ਪਾਉਣ ਦੇ ਮੌਕੇ ਦੇ ਦੌਰਾਨ ਹੀ ਇਹ ਤੱਥ ਉਹਨਾਂ ਵੱਲੋਂ ਪੇਸ਼ ਕੀਤੇ ਗਏ ਕਿ ਜੀ ਇਹ ਮਾਮਲਾ ਇਕੱਲਾ ਵਿਜੇ ਨਾਇਰ ਜਾਂ ਮਨੀਸ਼ ਸਿਸੋਦੀਆ ਤੱਕ ਸੀਮਤ ਨਹੀਂ ਹੈ, ਇਹਦੇ ਵਿੱਚ ਤਾਂ ਜੀ ਮਿਲੀ ਭੁਗਤ ਦੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਹੈ। ਉਹ ਕਹਿੰਦੇ ਕਿ ਸਾਨੂੰ ਸਾਰੇ ਸ਼ਰਾਬ ਘੁਟਾਲੇ ਦੀ ਜਦੋਂ ਜਾਂਚ ਕਰ ਰਹੇ ਸੀ ਤਾਂ ਸਾਨੂੰ ਇਹ ਤੱਥ ਮਿਲੇ ਕਿ ਇਹਦੇ ਪਿੱਛੇ ਭਾਈ ਇਹ ਬੰਦਾ ਵੀ ਹੈਗਾ, ਤੇ ਇੱਧਰ ਹੁਣ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਹਿ ਰਹੇ ਨੇ ਜੀ ਇਹ ਬਿਲਕੁਲ ਫਰਜ਼ੀ ਹੈ ਮਾਮਲਾ, ਇਹ ਬਿਲਕੁਲ ਝੂਠਾ ਹੈ, ਮੇਰੇ ਤੇ ਸਿੱਧੇ ਦੋਸ਼ ਲਾਏ ਜਾ ਰਹੇ ਨੇ, ਮੇਰੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਾਡੀ ਤਾਕਤ ਨੂੰ ਖਿਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਮੈਨੂੰ ਲੱਗਦਾ ਹੁਣ ਅਰਵਿੰਦ ਕੇਜਰੀਵਾਲ ਨੂੰ ਉਹ ਤੱਥ ਸਾਹਮਣੇ ਰੱਖਣੇ ਚਾਹੀਦੇ ਆ ਪ੍ਰਵੀਨ ਜੀ, ਲਿਆ ਕੇ ਜਿਹੜੇ ਉਹ ਇਹ ਕਹਿੰਦੇ ਰਹੇ ਆ ਕਿ ਮਨੀਸ਼ ਸਿਸੋਦੀਆ ਨੂੰ ਰਲਾਉਣਾ ਉਹ ਚਾਹੁੰਦੀ ਹੈ ਬੀਜੇਪੀ ਆਪਣੇ ਨਾਲ, ਮਨੀਸ਼ ਸਿਸੋਦੀਆ ਨੂੰ ਸੱਤ ਤੋੜ ਕੇ ਲਿਜਾਣਾ ਚਾਹੁੰਦੀ ਹੈ, ਕਹਿੰਦਾ ਇਸ ਲਈ ਮਤਲਬ ਕਿ ਉਹਦੀ ਗ੍ਰਿਫਤਾਰੀ ਵੀ ਕਿਸੇ ਵੀ ਸਮੇਂ ਸੰਭਵ ਹੈ, ਕਿੰਨੀ ਵਾਰੇ ਗੱਲ ਉਹ ਕਹਿ ਚੁੱਕੇ ਨੇ। ਸੋ ਸਵਾਲ ਮੇਰਾ ਇਹ ਹੈ ਕਿ ਜੇ ਮਨੀਸ਼ ਸਿਸੋਦੀਆ ਨੂੰ ਤੋੜ ਕੇ ਲਿਜਾਣਾ ਚਾਹੁੰਦੀ ਹੈ ਬੀਜੇਪੀ, ਕੀ ਹੁਣ ਕੇਜਰੀਵਾਲ ਨੂੰ ਵੀ ਲਿਜਾਣਾ ਚਾਹੁੰਦੀ ਹੈ ਬੀਜੇਪੀ, ਕੀ ਉਹਦੀ ਨਜ਼ਰ ਹੁਣ ਕੇਜਰੀਵਾਲ ਤੇ ਵੀ ਹੈ? ਸੋ ਇਹ ਇਸ ਲਈ ਕੇਜਰੀਵਾਲ ਦੱਸ ਦੇਣ ਕਿ ਭਾਈ ਕੀ ਤੁਹਾਨੂੰ ਵੀ ਸੱਦਾ, ਪਰ ਹੁਣ ਉਹ ਕਹਿੰਦੇ ਕਿ ਇਹ ਤਾਂ ਨੀ ਉਹਨਾਂ ਨੇ ਕਿਹਾ ਕਿ ਹਾਂ ਮੈਨੂੰ ਵੀ ਰਲਾਉਣਾ ਚਾਹੁੰਦੀ, ਉਹ ਕਹਿੰਦੇ ਮੇਰੀ ਸਰਕਾਰ ਨੂੰ ਡਿੱਗਣਾ ਚਾਹੁੰਦੀ ਹੈ। ਸੋ ਜੇਕਰ ਇਹਦੇ ਕੋਈ ਤੱਥ ਨੇ ਉਹਨਾਂ ਕੋਲ, ਕੋਈ ਕਿਸੇ ਤਰ੍ਹਾਂ ਅਪਰੋਚ ਹੋਈ ਹੋਊ, ਕਿਸੇ ਤਰ੍ਹਾਂ ਪਹੁੰਚ ਹੋਈ ਹੋਊ, ਹੈ ਕਿਸੇ ਨੇ ਕੁਛ ਕਿਹਾ ਹੋਊਗਾ, ਤਾਂ ਉਹ ਤੱਥ ਮੈਨੂੰ ਲੱਗਦਾ ਉਹਨਾਂ ਜਨਤਕ ਰੱਖ ਦੇਣੇ ਚਾਹੀਦੇ। ਪਰ ਇਸ ਮਾਮਲੇ ਦੇ ਵਿੱਚ ਟਾਈਮਸ ਆਫ ਇੰਡੀਆ ਦੀ ਰਿਪੋਰਟ, ਮਤਲਬ ਕਿ ਇੱਕ ਰਿਪੋਰਟ ਹੈ ਜਿਹੜੀ ਈਡੀ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਹਾਂ ਅਸੀਂ ਲਿਖ ਰਹੇ ਹਾਂ, ਤੇ ਉਹ ਈਡੀ ਦੇ ਹਵਾਲੇ ਨਾਲ ਉਹਨਾਂ ਨੇ ਇੱਕ ਗੱਲ ਹੋਰ ਇਹਦੇ ਵਿੱਚ ਵੱਡੀ ਕਹੀ ਆ। ਉਹ ਕਹਿੰਦੇ ਜੀ 100 ਕਰੋੜ ਰੁਪਈਏ ਦਾ ਖੇਡ ਸੀ ਸਾਰਾ, ਠੀਕ ਹੈ, 100 ਕਰੋੜ ਰੁਪਈਆ ਇਸ ਘੁਟਾਲੇ ਦੇ ਵਿੱਚੋਂ ਆਇਆ ਜਾਂ ਗਿਆ ਜਾਂ ਲਿਆ ਜਾਂ ਦਿੱਤਾ, ਤੇ ਉਹ ਪੈਸਾ ਗੋਆ ਚੋਣਾਂ 'ਚ ਵਰਤਿਆ ਕਹਿੰਦੇ ਜੀ। ਤੇ ਹੁਣ ਟਾਈਮਸ ਆਫ ਇੰਡੀਆ ਦੀ ਰਿਪੋਰਟ ਹੈ ਤੇ ਹਵਾਲਾ ਉਹਨਾਂ ਦਾ ਈਡੀ ਦਾ ਹੈ, ਤੇ ਇੱਧਰ ਆ ਈਡੀ ਦੇ ਦੋਸ਼ ਪੱਤਰ ਜਿਹੜਾ ਦਾਖਲ ਹੋਇਆ, ਚਾਰਜਸ਼ੀਟ ਦਾਖਲ ਹੋਈ ਆ, ਉਹਦੇ ਵਿੱਚ ਉਹਨਾਂ ਨੇ ਬਕਾਇਦਾ ਤੌਰ ਤੇ ਮਨੀਸ਼ ਸਿਸੋਦੀਆ ਦਾ ਜਾਂ ਵਿਜੇ ਨਾਇਰ ਦੇ ਨਾਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਮ ਸ਼ਾਮਿਲ ਕੀਤਾ। ਪਰ ਜਿਹੜਾ 100 ਕਰੋੜ ਦਾ ਅੰਕੜਾ ਨਾ ਪ੍ਰਵੀਨ ਜੀ, ਇਸ ਨੇ ਪੰਜਾਬ ਦੇ ਅੰਦਰ ਕਈ ਕਹਾਣੀਆਂ ਦੁਬਾਰਾ ਸੁਰਜੀਤ ਕਰ ਦਿੱਤੀਆਂ, ਦੁਬਾਰਾ ਚਰਚਾ 'ਚ ਲਿਆਂਦੀਆਂ। ਜਦੋਂ ਪੰਜਾਬ ਦੇ ਵਿੱਚੋਂ ਰਾਜ ਸਭਾ ਮੈਂਬਰ ਲਏ ਇਹਨਾਂ ਨੇ ਆਪਣੇ ਕੋਟੇ ਦੇ, ਤਦ ਉਹਨਾਂ 'ਚੋਂ 2 ਤਾਂ ਇਹਨਾਂ ਨੇ ਆਪਣੇ ਲੀਡਰ ਲਏ ਜੀ, ਜਿਹਨਾਂ 'ਚ ਰਾਘਵ ਚੱਡਾ ਤੇ ਸੰਦੀਪ ਪਾਠਕ, ਉਸ ਨੂੰ ਲੈ ਕੇ ਰੋਸ਼ ਹੋਇਆ ਕਿ ਬਾਹਰੋਂ ਲੈ ਲਏ। ਫਿਰ ਤੀਸਰੇ ਸੰਤ ਬਲਬੀਰ ਸਿੰਘ ਸਿੰਚਿਆਲ ਲਏ, ਕਹਿੰਦੇ ਜੀ ਚਲੋ ਠੀਕ ਹੈ ਕਿ ਮਤਲਬ ਕਿ ਉਹਨਾਂ ਦੇ ਪਿਛਲੀ ਕਾਗਜ਼ਾਂ ਨੂੰ ਦੇਖ ਕੇ ਲੈ ਲਏ, ਉੱਥੇ ਉਸ ਦਾ ਸੌਦਾ ਨਾ ਹੋਵੇ। ਪਰ 3 ਮੈਂਬਰਾਂ ਨੂੰ ਲੈ ਕੇ ਖੂਬ ਰੌਲਾ ਪਿਆ ਇੱਥੇ, ਠੀਕ ਹੈ, ਇੱਕ ਲੁਧਿਆਣੇ ਵਾਲਾ ਇੰਡਸਟਰੀਅਲਿਸਟ, ਇੱਕ ਲਵਲੀ ਯੂਨੀਵਰਸਿਟੀ ਵਾਲਾ, ਇੱਕ ਹਰਭਜਨ ਸਿੰਘ ਭੱਜੀ ਜੀ, ਇਹਨਾਂ 3 ਨੂੰ ਲੈ ਕੇ ਖਾਸਾ ਚਰਚਾ ਚੱਲੀ ਕਿ ਬਾਈ ਜੀ ਇਹਨਾਂ ਦੀ ਕੀ ਲੋੜ ਸੀ, ਇਸੇ ਤਰ੍ਹਾਂ ਦਿੱਲੀ ਵਾਲਾ ਸਾਨੀ, ਫਿਰ ਠੀਕ ਹੈ ਇਹ 4 ਬੰਦੇ ਘਰੋਂ ਕਿਸੇ ਸਮੇਂ ਸਾਨੀ ਬੀਜੇਪੀ ਵੱਲੋਂ ਜਾਣ ਨੂੰ ਫਿਰਦਾ ਸੀ, ਫਿਰ ਇੱਧਰ ਆ ਗਿਆ, ਹੈ ਕਿਸੇ ਸਮੇਂ ਭੱਜੀ ਨੂੰ ਕਾਂਗਰਸੀ ਤੇ ਬੀਜੇਪੀ ਵਾਲੇ ਚਾਹੁੰਦੇ ਸੀ, ਫਿਰ ਇੱਧਰ ਆ ਗਿਆ। ਸੋ ਹੁਣ ਇਹ 4 ਦੀ ਜਦੋਂ ਚਰਚਾ ਚੱਲੀ ਹੈ ਨਾ ਪ੍ਰਵੀਨ ਜੀ, ਤਾਂ ਇਹਨਾਂ 4 ਦੀ
ਜਾਣ ਦੇ ਨਾਲ ਨਾਲ 100 ਕਰੋੜ ਦੀ ਚਰਚਾ ਵੀ ਪੰਜਾਬ ਚੱਲੀ ਹੈ, ਜਦੋਂ ਕਿ ਨਾ ਕਿਸੇ ਨੇ ਕੋਈ ਤੱਥ ਸਾਹਮਣੇ ਲਿਆਉਂਦੇ ਨੇ, ਨਾ ਕਿਸੇ ਨੇ ਕੋਈ ਸਬੂਤ ਰੱਖਿਆ, ਨਾ ਕਿਸੇ ਧਰਜੀ ਦੇ ਪਰ ਦੋਸ਼ ਲੱਗੇ ਜਿਹਨਾਂ ਬਾਰੇ ਚਰਚਾ ਸੀ, ਨਾ ਉਹਨਾਂ ਨੇ ਖੰਡਨ ਕੀਤਾ। ਪਰ ਜਦੋਂ ਆਹ ਹੁਣ ਟਾਈਮਸ ਆਫ ਇੰਡੀਆ ਦੀ ਰਿਪੋਰਟ ਦੇ ਹਵਾਲੇ ਨਾਲ ਈਡੀ ਦਾ ਇਹ ਪਹਿਲੂ ਸਾਹਮਣੇ ਆਉਂਦਾ ਕਿ ਜੀ ਉੱਥੋਂ ਪੈਸਾ ਦਿੱਲੀ ਦੀ ਐਕਸਾਈਜ਼ ਪਾਲਿਸੀ ਚੋਂ, ਦਿੱਲੀ ਦੀ ਸ਼ਰਾਬ ਪਾਲਿਸੀ ਚੋਂ, ਕਾਰੋਬਾਰੀਆਂ ਤੋਂ 100 ਕਰੋੜ ਇਕੱਠਾ ਕੀਤਾ ਤਾਂ ਕਿ ਗੋਆ ਚ ਲਾਉਣਾ ਇਲੈਕਸ਼ਨਾਂ ਚ, ਉੱਥੇ ਖਰਚਿਆ ਗਿਆ। ਕਹਿੰਦੇ ਇਹ ਸਾਡੇ ਕੋਲ ਸਬੂਤ ਨੇ, ਉਹ ਅਗਲੇ ਅਦਾਲਤ ਚ ਦੱਸਣਗੇ ਤੇ ਇਹ ਜਵਾਬ ਦੇ ਦੇਣਗੇ। ਪਰ ਉਹ 100 ਕਰੋੜ ਦੇ ਅੰਕੜੇ ਦੇ ਨਾਲ ਇਹ 4 ਪੰਜਾਬ ਦੇ ਰਾਜ ਸਭਾ ਮੈਂਬਰ ਜਿਹੜੇ ਆਮ ਆਦਮੀ ਪਾਰਟੀ ਨੇ ਭੇਜੇ, ਉਹਨਾਂ ਦੀ ਚਰਚਾ ਫਿਰ ਤੁਰ ਪਈ। ਇਹਨਾਂ ਦੇ ਜਾਣ ਦੇ ਸਮੇਂ ਵੀ ਪੰਜਾਬ ਚ ਚਰਚਾ ਖੂਬ ਚੱਲੀ, ਹਵਾ ਦੇ ਵਿੱਚ ਇਹ ਚਰਚਾ ਬਾਈ ਜੀ 100 ਕਰੋੜ ਇਕੱਠਾ ਕੀਤਾ ਇਹਨਾਂ ਤੋਂ ਹਿਮਾਚਲ ਚੋਣਾਂ ਚ ਵਰਤਿਆ। ਸੋ ਆਹ 100 ਕਰੋੜ ਗੋਆ, 100 ਕਰੋੜ ਹਿਮਾਚਲ, ਤੇ ਜਿੱਥੇ ਕਿਤੇ ਅੱਗ ਲੱਗਦੀ ਹੈ ਫਿਰ ਤਾਂ ਹੀ ਧੂੰਆਂ ਨਿਕਲਦਾ, ਮਤਲਬ ਕੁਛ ਤਾਂ ਹੈ ਨਾ। ਸੋ ਹੁਣ ਇਸ ਸ਼ਰਾਬ ਘੁਟਾਲੇ ਦੇ ਮਾਮਲੇ ਨੇ ਕੇਜਰੀਵਾਲ ਦੀ ਸਰਕਾਰ ਦੀਆਂ ਵੀ ਤੇ ਕੇਜਰੀਵਾਲ ਦੀਆਂ ਖੁਦ ਦੀਆਂ ਮੁਸ਼ਕਲਾਂ ਵੀ ਵਧਾ ਦਿੱਤੀਆਂ ਨੇ। ਜੇ ਤਾਂ ਇਹ ਬਦਲਾਖੋਰੀ ਦਾ ਫਾਰਮੂਲਾ ਹੋਇਆ ਪ੍ਰਵੀਨ ਜੀ, ਫਿਰ ਤਾਂ ਕੇਜਰੀਵਾਲ ਕੋਲ 2 ਹੀ ਰਾਹ ਨੇ, ਜਾਂ ਤਾਂ ਉਹ ਖੁੱਲ ਕੇ ਸਾਹਮਣੇ ਆ ਜਾਣ ਕਿ ਭਾਜਪਾ ਧੱਕੇਸ਼ਾਹੀ ਕਰ ਰਹੀ ਹੈ, ਭਾਈ ਭਾਜਪਾ ਇਸ ਫਾਰਮੂਲੇ ਤਹਿਤ ਬਦਲੇ ਦੀ ਰਾਜਨੀਤੀ ਦੇ ਤਹਿਤ ਸਾਡੀ ਪਾਰਟੀ ਨੂੰ, ਸਾਡੀ ਸਰਕਾਰ ਨੂੰ ਦਬਾਉਣਾ ਚਾਹੁੰਦੇ, ਫਿਰ ਤਾਂ ਤੱਥ ਲੈ ਕੇ ਸਾਹਮਣੇ ਆ ਜਾਣ ਜਨਤਾ ਦੀ ਕਚਹਿਰੀ ਚ, ਜਾਂ ਫਿਰ ਉਹਨਾਂ ਦਾ ਨਜ਼ਰੀਆ ਤੁਹਾਨੂੰ ਆਉਂਦੇ ਦਿਨਾਂ ਚ ਬਦਲਿਆ ਨਜ਼ਰ ਆਜੂਗਾ। ਉਹ ਪਹਿਲਾਂ ਵੀ ਕਾਫੀ ਕਈ ਵਾਰ ਲੱਗਿਆ ਕਿ ਬੀਜੇਪੀ ਦੀ ਨੀਤੀ ਤੇ ਚੱਲਦੇ ਨੇ, ਬੀਜੇਪੀ ਵਾਲੇ ਹਿੰਦੂਵਾਦ ਦੇ ਏਜੰਡੇ ਤੇ ਚੱਲਦੇ ਨੇ, ਜਾਂ ਧਾਰਾ 370 ਤੇ ਚੁੱਪ ਰਹਿ ਜਾਂਦੇ ਨੇ, ਸ਼ਾਹੀਨ ਬਾਗ ਦੇ ਮਾਮਲੇ ਤੇ ਕੰਨੀ ਕਤਰਾ ਜਾਂਦੇ ਨੇ, ਹੈਨਾ। ਉਹ ਕਿੰਨੇ ਪਹਿਲੂਆਂ ਤੇ ਉਹਨਾਂ ਨੇ ਮਤਲਬ ਕਿ ਆਪਣੇ ਸਟੈਂਡ ਬਦਲੇ ਨੇ। ਸੋ ਇਸ ਲਈ ਉਹ ਜਾਂ ਤਾਂ ਫਿਰ ਉਹੇ ਜਿਹਾ ਉਹਨਾਂ ਦਾ ਰੁੱਖ ਹੋਰ ਨਰਮ ਹੋ ਜਾਏਗਾ ਜੀ, ਉਹ ਬੀਜੇਪੀ ਵਾਲੇ ਪਾਲੇ ਚ ਤੁਲਦੇ ਨਜ਼ਰ ਆਉਣਗੇ, ਕਿਉਂਕਿ ਪਿਛਲੇ ਦਿਨਾਂ ਚ ਇਹ ਵੀ ਚਰਚਾ ਚੱਲੀ ਕਿ ਉਹ ਜਿਹੀ ਜਿਹੀ ਰਾਜਨੀਤੀ ਕਰ ਰਹੇ ਨੇ, ਉਹੀ ਜਿਹੀ ਰਾਜਨੀਤੀ ਤਾਂ ਬੀਜੇਪੀ ਨੂੰ ਸੂਟ ਕਰੂਗੀ, ਉਹਨਾਂ ਲਈ ਉਹ ਮਤਲਬ ਕਿ ਓਬੀਸੀ ਬਣ ਕੇ ਕੰਮ ਕਰਨਗੇ, ਉਹਨਾਂ ਨੂੰ ਫਾਇਦਾ ਦੇ ਸਕਦੇ ਨੇ ਜੀ ਜੀ। ਸੋ ਇਸ ਲਈ ਇਹ ਸਾਰੇ ਪਹਿਲੂ ਹੁਣ ਉਹਨਾਂ ਦਾ ਆਉਣ ਵਾਲਾ ਸਮਾਂ ਰੁੱਖ ਕਿਹੋ ਜਿਹਾ ਅਖਤਿਆਰ ਕਰਦੇ ਨੇ, ਉਹ ਰਾਹ ਕਿਹੜਾ ਅਖਤਿਆਰ ਕਰਦੇ ਨੇ ਉਹ ਦੱਸੇਗਾ ਕਿ ਕੀ ਉਹਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ, ਜਾਂ ਮਤਲਬ ਕਿ ਰਾਜਨੀਤੀ ਦੇ ਇੱਕ ਖੇਡ ਆ ਇਹ ਜਿਹਦੇ ਤਹਿਤ ਉਹ ਕਿਸੇ ਵੀ ਪਾਲੇ ਜਾ ਸਕਦੇ ਨੇ, ਜਾਂ ਸੱਚਮੁੱਚ ਈਡੀ ਨੇ ਸ਼ਰਾਬ ਘੁਟਾਲੇ ਦੇ ਕੋਈ ਤੱਥ ਸਾਹਮਣੇ ਲਿਆਉਂਦੇ ਨੇ। ਇਹ ਤਿੰਨਾਂ ਚੋਂ ਇੱਕ ਤਸਵੀਰ ਸਾਫ਼ ਹੋਏਗੀ ਪ੍ਰਵੀਨ ਜੀ। ਪਰ ਇਹਦੇ ਕਰਕੇ ਹੁਣ ਕੌਮੀ ਸਿਆਸਤ ਦੇ ਨਾਲ ਨਾਲ ਦਿੱਲੀ ਦੀ ਸਿਆਸਤ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਚੱਕ ਥੱਲ ਬਹੁਤ ਹੋਣੀ ਹੈ ਸ਼ਰਮਾ ਜੀ। ਬਿਲਕੁਲ ਬਿਲਕੁਲ, ਪੰਜਾਬ ਦੀ ਸ਼ਰਾਬ ਪਾਲਿਸੀ ਵਾਲਾ ਮਾਮਲਾ ਵੀ ਬਹੁਤ ਚਰਚਾ ਚ ਨਾ, ਉਸੇ ਤੋਂ ਕਾਪੀ ਕਰਕੇ ਬਣਾਇਆ। ਹਾਂਜੀ ਜੀ, ਤੇ ਆਪਾਂ